अज कुछ चंद लेना असं श्री अरविंद केजरीवाल जी से बोलने जा रहे हैं। कहिंदा पांच सत्त बंदे पिंड दे जदों कट्ठे होकर मोड़ ते बहिंदे आ शाम नूं तां उत्थे इही गल तुरदी आ वी ऐतकी वोट पाउणी आ आम नूं। अकाली भी जोह के वेख ले, कांग्रेसी भी टोह के वेख ले, पर किसी ने मुल नहीं पाया साडियां वोटां दा। तां ही ऐतकी फुल रुझान आ केजरीवाल वाल लोकां दा, उत्तों उत्तों ही वक्खरी दिंदे आ, पर अंदरों बिजनेस इन्हां दा सांझा। ਭਾਲੇ ਨਹੀਂ ਇੱਥੇ ਆਉਣੇ, ਭਾਲੇ ਜਦੋਂ ਫੇਰਿਆ ਕੇਜਰੀਵਾਲ ਨੇ ਮਾਂਝਾ, 60 ਸਾਲ ਹੋ ਗਏ ਮਹਿੰਗਾਈ ਕੰਟਰੋਲ ਨਹੀਂ ਹੋਈ, ਪਤਾ ਨਹੀਂ ਕੀ ਕਰੀ ਜਾਂਦੇ ਆ, ਪਤੰਦਰ ਰੇਤੇ ਦੀ ਬਲੈਕ ਚੱਲੀ ਜਾਂਦੀ ਆ, ਅਤੇ 2 ਮਹੀਨਿਆਂ ਬਾਅਦ ਮਿਲਦਾ ਸਿਲੰਡਰ ਘਰ ਘਰ ਦੇ ਵਿੱਚ। ਇਹਨਾਂ ਨੇ ਸਮੈਕ ਵਾਰਤੀ, ਤਾਂ ਹੀ ਪਬਲਿਕ ਪਈ ਅੱਕੀ ਆ, ਲੋਕਾਂ ਦੇ ਵਿਊ ਦੱਸਦੇ ਆ ਵੀ ਐਰਕੀ ਸਰਕਾਰ ਕੇਜਰੀਵਾਲ ਦੀ ਪੱਕੀ ਆ। ਜੇ ਆਹੀ ਰਹੇ ਹਾਲਾਤ ਪੰਜਾਬ ਦੇ 2-4 ਸਾਲਾਂ 'ਚ ਫੱਟਾ ਲੱਗ ਜੂ ਸੇਲ ਦਾ। ਕੱਲ੍ਹ ਪਿੰਡ ਫੋਨ ਕਰਕੇ ਪੁੱਛਿਆ, ਕਹਿੰਦੇ 11,000 ਨੂੰ ਡਰੰਮ ਹੋ ਗਿਆ ਤੇਲ ਦਾ, ਖੱਟੇ ਝੰਡੇ 'ਤੇ ਬਣੀ ਜਿਹੜੀ ਤੱਕੜੀ ਉਹ ਸਮੈਕ ਤੋਲੀ ਜਾਂਦੀ ਆ। ਭਗਵੰਤ ਮਾਨ ਨੂੰ ਦੇਖ ਕੇ ਸਿੰਗਲੇ ਅਤੇ ਢੀਂਡਸੇ ਦੀ ਜਿੰਦ ਡੋਲੀ ਜਾਂਦੀ ਆ, ਕਿੱਥੋਂ ਕਰਵਾਉਣਗੇ ਵਿਕਾਸ, ਇਹ ਵਿਕਾਸ ਜੋਗੀ ਇਹਨਾਂ ਕੋਲ ਸਮੱਗਰੀ ਹੈ ਨਹੀਂ। ਆਹ ਲੁਧਿਆਣੇ ਵਾਲਾ ਜੀ ਟੀ ਰੋਡ ਵਿੱਚੇ ਪਿਆ, ਮਾਂ ਦਿਆਂ ਪੁੱਤਾਂ ਕੋਲ ਬਜਰੀ ਹੈ ਨਹੀਂ। 28 ਸੀਟਾਂ ਜਿੱਤ ਕੇ ਇਹਨੇ ਸਾਬਤ ਕਰਤਾ ਵੀ ਝੰਡਾ ਸੱਚ ਦਾ ਕਿਵੇਂ ਗੱਡੀ ਦਾ, ਮੋਦੀ ਦੇ ਬਰਾਬਰ ਪੇਪਰ ਭਰ ਕੇ ਕਹਿੰਦਾ ਪੁੱਤ ਭੱਜ ਲਾ ਜਿੱਧਰ ਨੂੰ ਭੱਜੀ ਦਾ, ਬੜਾ ਸਵਾਦ ਆਉਂਦਾ ਬੜਾ ਜਦੋਂ ਕਾਲਾ ਨੂਣ ਭੁੱਕ ਕੇ ਖਾਈ ਦਾ ਆੜੂ 'ਤੇ। 30 ਅਪ੍ਰੈਲ ਨੂੰ ਰੰਡਿਆਲੇ ਵਾਲਿਆ, ਮੋਹਰਾਂ ਲਾ ਦਿਓ ਝਾੜੂ 'ਤੇ, ਮੋਹਰਾਂ ਲਾ ਦਿਓ ਝਾੜੂ 'ਤੇ।